ਪੰਜਾਬੀ ਏਕਤਾ ਪਾਰਟੀ ਵੱਲੋਂ ਲੁਧਿਆਣਾ ਵਿਖੇ ਇੱਕ ਪ੍ਰੈਸ ਵਾਰਤਾ ਕੀਤੀ ਗਈ, ਜਿਸ ਵਿੱਚ ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਢਾਏ ਜਾਣ ਦੇ ਮਾਮਲੇ ਤੇ ਪੰਜਾਬੀ ਏਕਤਾ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਦਵਿੰਦਰ ਸਿੰਘ ਬਿਲਹਾ ਨੇ ਆਰੋਪ ਲਗਾਇਆ ਕਿ ਦਰਸ਼ਨੀ ਡਿਓੜੀ ਨੂੰ ਸਾਜਿਸ਼ ਦੇ ਤਹਿਤ ਤੋੜਿਆ ਗਿਆ ਹੈ। ਉਹਨਾਂ ਆਰੋਪ ਲਗਾਇਆ ਕਿ ਐਸਜੀਪੀਸੀ ਦੇ ਪ੍ਰਧਾਨ ਲੌਂਗੋਵਾਲ ਨੇ ਆਪਣੇ ਆਪ ਨੂੰ ਬਚਾਉਣ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਨਿਸ਼ਾਨੇ ਤੇ ਲਿਆ ਹੈ। ਇਹ ਸਭ ਦਰਸ਼ਨੀ ਡਿਓੜੀ ਦੇ ਦੁਬਾਰਾ ਨਿਰਮਾਣ ਦੇ ਨਾਮ ਤੇ ਪੈਸੇ ਠੱਗਣ ਦੀ ਕੋਸ਼ਿਸ਼ ਹੈ। ਦਰਸ਼ਨੀ ਡਿਓੜੀ ਢਾਉਣ ਦਾ ਇਹ ਐਸਜੀਪੀਸੀ ਪ੍ਰਧਾਨ ਨੇ ਆਰਡਰ ਦਿੱਤੇ ਨੇ, ਪਰ ਹੁਣ ਜਦੋਂ ਘਿਰਦੇ ਨਜ਼ਰ ਆ ਰਹੇ ਨੇ, ਉਹ ਜਿਹੜੇ ਉੱਥੋਂ ਦੇ ਮੈਨੇਜਰ ਨੇ ਗੁਰਦੁਆਰਾ ਸਾਹਿਬ ਦੇ, ਉਹਨਾਂ ਨੂੰ ਗਲੀ ਦਾ ਬੱਕਰਾ ਬਣਾ ਰਹੇ ਨੇ, ਕਿਉਂਕਿ ਲੋਕ ਤਾਂ ਇਮਾਰਤਾਂ ਨੂੰ ਸੰਭਾਲਦੇ ਨੇ। ਠੀਕ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਨੂੰ ਬਣਵਾਈ ਸੀਗੀ ਦਰਸ਼ਨੀ ਡਿਓੜੀ, ਕੋਈ ਉਹਨੂੰ ਕੁਛ ਹੋਇਆ ਨਹੀਂ ਸੀ, ਕਿਸੇ ਖਸਤਾ ਹਾਲਤ ਵਿੱਚ ਨਹੀਂ ਸੀਗੀ ਉਹ, ਔਰ ਜੇ ਹੁੰਦੀ ਵੀ ਤਾਂ ਆਪਾਂ ਉਹ ਇਮਾਰਤਾਂ ਨੂੰ ਜਿਹੀਆਂ ਨੂੰ ਸੰਭਾਲਦੇ ਹਾਂ, ਰਿਪੇਅਰ ਕਰਵਾਉਂਦੇ ਹਾਂ। ਪਰ ਐਸਜੀਪੀਸੀ ਪ੍ਰਧਾਨ ਨੇ ਕਾਰ ਸੇਵਾ ਵਾਲਿਆਂ ਤੋਂ, ਕਿਉਂ ਕਰੋੜਾਂ ਰੁਪਈਏ ਦਾ ਇਹ ਸੌਦੇ ਹੁੰਦੇ ਨੇ ਜੀ, ਲੈ ਕੇ ਅੱਗੇ ਉਹਨਾਂ ਨੂੰ ਕਾਰ ਸੇਵਾ ਵਾਲਿਆਂ ਨੂੰ ਕਿਹਾ ਕਿ ਹੁਣ ਜੀ ਤੁਸੀਂ ਇਹਨੂੰ ਢਾਓ, ਔਰ ਉਹ ਆਪਣਾ ਪੂਰਾ ਜਿੱਦਾਂ ਆਪਾਂ ਇੱਕ ਫੋਰਸ ਜਾਂਦੀ ਹੈ ਨਾ ਹਮਲਾ ਕਰਨਾ ਹੁੰਦਾ ਕਿਸੇ 'ਤੇ, 150-200 ਬੰਦਾ ਹਥਿਆਰ ਲੈ ਕੇ ਨਾਲ, ਕਿਰਪਾਨਾਂ ਲੈ ਕੇ, ਬੇਸਬਾਲ ਬੈਟ ਲੈ ਕੇ, ਰਾਤ ਨੂੰ 12 ਵਜੇ, ਕਿਉਂਕਿ ਜੇ ਆਪਾਂ ਕੋਈ ਸੇਵਾ ਕਰਨੀ ਹੈ ਤਾਂ ਆਪਾਂ ਦਿਨੇ ਕਰਦੇ ਹਾਂ, 7 ਵਜੇ ਕਰੋ, ਸੁਬਹਾ 8 ਕਰੋ, ਦੁਪਹਿਰੇ 12 ਕਰ ਲਓ, ਔਰ ਨਾ ਆਪਾਂ ਹਥਿਆਰ ਵੀ ਨਹੀਂ ਲੈ ਕੇ ਜਾਂਦੇ। ਉਹਨਾਂ ਨੂੰ ਪਤਾ ਸੀ ਕਿ ਅਸੀਂ ਜੋ ਕਰਨ ਜਾ ਰਹੇ ਹਾਂ ਉਹ ਗਲਤ ਹੈ, ਉਹਨਾਂ ਨੇ ਰਾਤ ਨੂੰ 12 ਵਜੇ ਢਾਉਣੀ ਸ਼ੁਰੂ ਕੀਤੀ, ਪਰ ਉੱਥੋਂ ਦੇ ਜਿਹੜੇ ਲੋਕ ਲਾਈਟ ਸੀਗੇ ਉਹਨਾਂ ਨੇ ਵਿਰੋਧ ਕੀਤਾ, ਔਰ ਜਦੋਂ ਵਿਰੋਧ ਕੀਤਾ ਤਾਂ ਉਹਨਾਂ ਨੇ 2 ਮੁੰਡਿਆਂ ਦੇ ਸੱਟਾਂ ਵੀ ਮਾਰੀਆਂ ਜੀ, ਬੇਸਬਾਲਾਂ ਅਤੇ ਬੈਟਾਂ ਦੇ ਨਾਲ ਕੁੱਟੇ ਨੇ ਉਹ, ਅਤੇ ਉਹਨਾਂ ਦੇ ਬਹੁਤ ਸੱਟਾਂ ਵੀ ਲੱਗੀਆਂ ਨੇ, ਔਰ ਹੁਣ ਉਹ ਬਚਦੇ ਨਜ਼ਰ ਆ ਰਹੇ ਨੇ, ਆਪਣੇ ਆਪ ਨੂੰ ਬਚਾਉਂਦੇ ਨਜ਼ਰ ਆ ਰਹੇ ਨੇ। ਪਰ ਅੱਜ ਸੁਖਪਾਲ ਸਿੰਘ ਖਹਿਰਾ ਉੱਥੇ ਗਏ ਨੇ, ਉਹ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਉਹ ਸਥਿਤੀ ਦਾ ਜਿਹੜਾ ਉਹਦੀ ਬਰੀਕੀਆਂ ਹੈਗੀਆਂ ਉਹਦੇ ਸਾਰੇ ਉਹ ਗੈਦਰ ਕਰਨਗੇ ਇਨਫੋਰਮੇਸ਼ਨ, ਅੱਗੇ ਜੋ ਵੀ ਸਾਨੂੰ ਪ੍ਰੋਗਰਾਮ ਮਿਲਣਗੇ ਅਸੀਂ ਕਰਾਂਗੇ। ਐਸਆਈਟੀ ਤਾਂ ਆਪਾਂ ਬਣਾਉਂਦੇ ਰਹਿੰਦੇ ਹਾਂ, ਹੈ ਨਾ, ਇਹ ਤਾਂ ਹੁਣ ਸਾਫ਼ ਸਾਫ਼ ਦਿਸਦਾ। ਹਾਂ, ਇਹਦੀ ਜਾਂਚ ਹੋਣੀ ਚਾਹੀਦੀ ਹੈ, ਔਰ ਅਸੀਂ ਪਹਿਲਾਂ ਤਾਂ ਅਸਤੀਫਾ ਮੰਗਦੇ ਹਾਂ ਜੀ, ਜਿਹੜੇ ਪ੍ਰਧਾਨ ਨੇ ਉਹਨਾਂ ਤੋਂ ਅਸਤੀਫਾ ਮੰਗਦੇ ਹਾਂ ਜੀ, ਪੀਸੀ ਦੇ ਗੋਬਿੰਦ ਸਿੰਘ ਲੌਂਗੋਵਾਲ ਤੋਂ, ਕਿਉਂਕਿ ਉਹਨਾਂ ਨੇ ਆਰਡਰ ਦਿੱਤਾ, ਉਹਨਾਂ ਦੇ ਆਰਡਰਾਂ ਬਿਨਾਂ ਅਜਿਹਾ ਕੰਮ ਨਹੀਂ ਹੁੰਦਾ। ਇੱਕ ਪ੍ਰਧਾਨ, ਇੱਕ ਜਿਹੜਾ ਕੋਈ ਗੁਰਦੁਆਰੇ ਦਾ ਮੈਨੇਜਰ ਹੁੰਦਾ, ਉਹ ਅਜਿਹਾ ਫੈਸਲਾ ਐਡਾ ਵੱਡਾ ਫੈਸਲਾ ਨਹੀਂ ਦਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।